यह तस्वीर जिला फतेहगढ़ साहब तो सामने आ रही ने, जिथे सरहंद रोड से भयानक सड़क हादसा वापर गया। दस दिए कि यह हादसा उस समय वापरिया जदों बस और मोटरसाइकिल की आपस में टक्कर हुई और मोटरसाइकिल बस हेठा जा बढ़िया, जिस तों बाद मोटरसाइकिल का पेट्रोल डिगण लगा, जिस कारण बस में अचानक अग लग गई। दस दिए कि आग इन्नी ज़्यादा भयानक सी कि इस नाल बस पूरी तरह सड़ चुकी है। उत्थे ही स्थानक लोगों के वलों इस संबंधी फायर ब्रिगेड दीआं गड्डियां नूं बुलाया गया, जिस तों बाद अग ते मुश्किल नाल काबू पाया गया। दस दिए कि बस सवारियों नूं तां मौके ते बस विचों बाहर कढ लिया गया सी अते उन्हां नूं बचा लिया गया, पर इस हादसे के दौरान मोटरसाइकिल सवार दो व्यक्तियों की मौके ते मौत हो गई। ਕੋਈ ਕਹਿੰਦਾ ਵੀ ਓਵਰਟੇਕ ਕਰ ਰਹੇ ਸੀ ਤੇ ਮੋਟਰਸਾਈਕਲ ਅੱਗੇ ਵਿੱਚੋਂ ਥੱਲੇ ਵੜ ਗਏ, ਦੋ ਮੁੰਡੇ ਦੋਨੋਂ ਮਰ ਗਏ ਟਾਈਮ ਤੇ। ਅੱਛਾ, ਸਵਾਰੀਆਂ ਕਿੰਨੀਆਂ ਦੀ ਬਸ ਚ? ਹੋਣਗੇ 25 ਕਿ ਜੀ, 25 ਤੀ। ਅੱਛਾ, ਬਚਾਇਆ ਗਿਆ ਉਹਨਾਂ ਨੂੰ? ਪੂਰਾ ਜੀ, ਸਵਾਰੀਆਂ ਸਾਰੇ ਠੀਕ ਆ। ਠੀਕ ਨੇ? ਹਾਂਜੀ ਹਾਂ। ਜਾਂ ਹਸਪਤਾਲ ਚ ਭਰਤੀ ਨੇ ਕੋਈ? ਨਹੀਂ ਨਹੀਂ, ਸਵਾਰੀਆਂ ਠੀਕ ਆ। ਦੂਜੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਪੂਰੀ ਘਟਨਾ ਦਾ ਜਾਇਜ਼ਾ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬਸ ਸਵਾਰੀਆਂ ਨੂੰ ਤਾਂ ਮੁਸ਼ਕਲ ਨਾਲ ਬਚਾਇਆ ਜਾ ਚੁੱਕਿਆ ਹੈ, ਪਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਬੱਸ ਨੂੰ ਅੱਗ ਮੋਟਰਸਾਈਕਲ ਦੇ ਪੈਟਰੋਲ ਡਿੱਗਣ ਕਾਰਨ ਲੱਗੀ ਹੈ। ਥੱਲੇ ਵੜ ਗਿਆ ਹੈਗਾ ਬਰਤਨ ਦੇ ਨਾਲ, ਉਹ ਮਤਲਬ ਪੈਟਰੋਲ ਡਿੱਗਣ ਕਰਕੇ ਉਹ ਅੱਗ ਲੱਗ ਗਈ ਤੇ ਇਹਦੇ ਨਾਲ ਬੱਸ ਨੂੰ ਵੀ ਅੱਗ ਲੱਗ ਗਈ ਹੈਗੀ ਆ। ਸਵਾਰੀਆਂ ਦੀ ਕੋਈ ਨੁਕਸਾਨ ਨਹੀਂ ਹੋਇਆ ਤੇ ਜਿਹੜਾ ਹੈ ਬੱਸ ਦਾ ਨੁਕਸਾਨ ਹੋਇਆ ਹੈ। ਸਰ, ਜੋ ਲੜਕੇ ਤੇ ਉਹਨਾਂ ਕਿਆ ਬਣਾ ਸਰ? ਦੋ ਕਹਿ ਰਹੇ ਮੋਟਰਸਾਈਕਲ ਲੜਕੇ ਤੇ ਇੱਕ ਦੀ ਮੌਕੇ 'ਤੇ ਡੈਥ ਹੋ ਗਈ ਸੀਗੀ। ਓਕੇ, ਦੂਜੇ ਨੂੰ ਹਸਪਤਾਲ ਲੈ ਕੇ ਗਏ ਆ। ਦੂਸਰ ਲੜਕੇ ਬਚਾਉ? ਹਾਂਜੀ, ਦੂਸਰੇ ਲੜਕੇ ਦਾ ਬਚਾਓਗੇ? ਨਹੀਂ, ਉਹ ਜੇ ਭੇਜਿਆ ਹੈਗਾ ਹੈਂ, ਉਹਦੀ ਡੈਥ, ਦੋਨਾਂ ਦੀ ਡੈਥ ਹੋ ਗਈ ਹੈ ਸਰ। ਪਹਿਚਾਣ ਹੋ ਗਈ ਇਹਨਾਂ ਦੀ ਸਰ? ਅਤੇ ਉਹ ਦੇਖਦੇ ਹਾਂ ਹੁਣ। ਠੀਕ ਹੈ ਜੀ, ਫਿਰ ਕੀ ਨਾਂ ਹੈਗੇ ਇਹਨਾਂ ਦੇ, ਕਿੱਥੋਂ ਦੇ ਰਹਿਣ ਵਾਲੇ ਇਹ? दस दिए कि सड़क हादसों नाल संबंधित घटनावां लगातार वधदियां जा रही ने, जिस संबंधी पुलिस अते प्रशासन दे वल्लों सख्ती वरती जा रही है अते अजिहीआं घटनावां ते थम पाउण लई सख्त कदम चुके जा रहे ने। ब्यूरो रिपोर्ट प्रो पंजाब टीवी। यह तस्वीरां जिला फतेहगढ़ साहब तो सामने आ रही ने, जिथे सरहंद रोड से भयानक सड़क हादसा वापर गया। दस दिए कि यह हादसा उस समय वापरिया जदों बस और मोटरसाइकिल की आपस में टक्कर हुई और मोटरसाइकिल बस हेठा जा बढ़िया, जिस तों बाद मोटरसाइकिल का पेट्रोल डिगण लगा, जिस कारण बस में अचानक अग लग गई। दस दिए कि अग इन्नी ज़्यादा भयानक सी कि इस नाल बस पूरी तरह सड़ चुकी है। उत्थे ही स्थानक लोगों के वलों इस संबंधी फायर ब्रिगेड दीआं गड्डियां नूं बुलाया गया, जिस तों बाद अग ते मुश्किल नाल काबू पाया गया। दस दिए कि बस सवारियों नूं तां मौके ते बस विचों बाहर कढ लिया गया सी अते उन्हां नूं बचा लिया गया, पर इस हादसे के दौरान मोटरसाइकिल सवार दो व्यक्तियों की मौके ते मौत हो गई। ਮੋਟਰਸਾਈਕਲ ਵਾਲੇ ਇੱਧਰੋਂ ਸਰਹੰਦ ਕਨੀ ਤੇ ਆ ਰਹੇ ਸੀ ਤੇ ਇਹ ਪਟਿਆਲੇ ਕਨੀ ਤੇ ਆ ਰਹੀ ਸੀ ਬੱਸ। ਕੋਈ ਕਹਿੰਦਾ ਵੀ ਓਵਰਟੇਕ ਕਰ ਰਹੇ ਸੀ ਤੇ ਮੋਟਰਸਾਈਕਲ ਅੱਗੇ ਵਿੱਚੋਂ ਥੱਲੇ ਵੜ ਗਏ, ਦੋ ਮੁੰਡੇ ਦੋਨੋਂ ਮਰ ਗਏ ਟਾਈਮ ਤੇ। ਅੱਛਾ, ਸਵਾਰੀਆਂ ਕਿੰਨੀਆਂ ਦੀ ਬੱਸ ਚ? ਹੋਣਗੇ 25 ਕਿ ਜੀ, 25 ਤੀ। ਅੱਛਾ, ਬਚਾਇਆ ਗਿਆ ਉਹਨਾਂ ਨੂੰ? ਪੂਰਾ ਜੀ, ਸਵਾਰੀਆਂ ਸਾਰੀਆਂ ਠੀਕ ਆ। ਠੀਕ ਨੇ? ਹਾਂਜੀ ਹਾਂ। ਜਾਂ ਹਸਪਤਾਲ ਚ ਭਰਤੀ ਨੇ ਕੋਈ? ਨਹੀਂ ਨਹੀਂ, ਸਵਾਰੀਆਂ ਠੀਕ ਆ। ਦੂਜੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਪੂਰੀ ਘਟਨਾ ਦਾ ਜਾਇਜ਼ਾ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬੱਸ ਸਵਾਰੀਆਂ ਨੂੰ ਤਾਂ ਮੁਸ਼ਕਲ ਨਾਲ ਬਚਾਇਆ ਜਾ ਚੁੱਕਿਆ ਹੈ, ਪਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਬੱਸ ਨੂੰ ਅੱਗ ਮੋਟਰਸਾਈਕਲ ਦੇ ਪੈਟਰੋਲ ਡਿੱਗਣ ਕਾਰਨ ਲੱਗੀ ਹੈ। ਥੱਲੇ ਵੜ ਗਿਆ ਹੈਗਾ ਬਰਤਨ ਦੇ ਨਾਲ, ਉਹ ਮਤਲਬ ਪੈਟਰੋਲ ਡਿੱਗਣ ਕਰਕੇ ਉਹ ਅੱਗ ਲੱਗ ਗਈ ਤੇ ਇਹਦੇ ਨਾਲ ਬੱਸ ਨੂੰ ਵੀ ਅੱਗ ਲੱਗ ਗਈ ਹੈਗੀ ਆ। ਸਵਾਰੀਆਂ ਦੀ ਕੋਈ ਨੁਕਸਾਨ ਨਹੀਂ ਹੋਇਆ ਤੇ ਜਿਹੜਾ ਹੈ ਬੱਸ ਦਾ ਨੁਕਸਾਨ ਹੋਇਆ ਹੈ। ਸਰ, ਜੋ ਲੜਕੇ ਤੇ ਉਹਨਾਂ ਕਿਆ ਬਣਾ ਸਰ? ਦੋ ਕਹਿ ਰਹੇ ਮੋਟਰਸਾਈਕਲ ਲੜਕੇ ਤੇ ਇੱਕ ਦੀ ਮੌਕੇ 'ਤੇ ਡੈਥ ਹੋ ਗਈ ਸੀਗੀ। ਓਕੇ, ਦੂਜੇ ਨੂੰ ਹਸਪਤਾਲ ਲੈ ਕੇ ਗਏ ਆ। ਦੂਸਰ ਲੜਕੇ ਬਚਾਉ? ਹਾਂਜੀ, ਦੂਸਰੇ ਲੜਕੇ ਦਾ ਬਚਾਉਗੇ? ਨਹੀਂ, ਉਹ ਜੇ ਭੇਜਿਆ ਹੈਗਾ ਹੈਂ, ਉਹਦੀ ਡੈਥ, ਦੋਨਾਂ ਦੀ ਡੈਥ ਹੋ ਗਈ ਹੈ ਸਰ। ਪਹਿਚਾਣ ਹੋ ਗਈ ਇਹਨਾਂ ਦੀ ਸਰ? ਅਤੇ ਉਹ ਦੇਖਦੇ ਹਾਂ ਹੁਣ। ਠੀਕ ਹੈ ਜੀ, ਫਿਰ ਕੀ ਨਾਂ ਹੈਗੇ ਇਹਨਾਂ ਦੇ, ਕਿੱਥੋਂ ਦੇ ਰਹਿਣ ਵਾਲੇ ਇਹ? दस दिए कि सड़क हादसों नाल संबंधित घटनावां लगातार वधदियां जा रही ने, जिस संबंधी पुलिस अते प्रशासन दे वल्लों सख्ती वरती जा रही है अते अजिहीआं घटनावां ते थम पाउण लई सख्त कदम चुके जा रहे ने। ब्यूरो रिपोर्ट प्रो पंजाब टीवी।